ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਈ ਹਾਂ ਪੋਹੇ ਯਾਨੀ ਕਿ ਚਿਵੜਿਆਂ ਤੋਂ ਬਣਨ ਵਾਲੀ ਬਹੁਤ ਹੀ ਵਧੀਆ ਰੈਸਿਪੀ, ਅਤੇ ਇਹ ਰੈਸਿਪੀ ਤੁਹਾਨੂੰ ਬਹੁਤ ਹੀ ਪਸੰਦ ਆਏਗੀ। ਜਿਹਨੂੰ ਬਣਾਉਣ ਵਾਸਤੇ ਮੈਂ ਇੱਥੇ ਲੈ ਰਹੀ ਹਾਂ 1.5 ਕੱਪ ਪੋਹਾ, ਇਹ 1 ਕੱਪ ਹੋਰ ਹੈ 1/2 ਕੱਪ, ਟੋਟਲ ਹੋ ਗਿਆ 1.5 ਕੱਪ ਪੋਹਾ। ਇਹ ਨੋਰਮਲ ਵਾਲਾ ਪੋਹਾ ਹੈ, ਨੋਰਮਲ ਮਤਲਬ ਇਹ ਨਾ ਤਾਂ ਜ਼ਿਆਦਾ ਮੋਟਾ ਹੈ ਅਤੇ ਨਾ ਹੀ ਜ਼ਿਆਦਾ ਬਰੀਕ ਹੈ। ਅਤੇ ਹੁਣ ਪੋਹੇ 'ਚ ਪਾਵਾਂਗੇ ਪਾਣੀ, ਅਤੇ ਪਾਣੀ ਪਾ ਕੇ ਨਾ ਇਹਨਾਂ ਨੂੰ ਪੋਹਿਆਂ ਨੂੰ 4-5 ਵਾਰੀ ਚੰਗੀ ਤਰ੍ਹਾਂ ਧੋ ਲਵਾਂਗੇ। ਅਤੇ ਜਿਸ ਤਰ੍ਹਾਂ ਮੈਂ ਇਹਨਾਂ ਨੂੰ 1 ਵਾਰੀ ਧੋ ਰਹੀ ਹਾਂ ਨਾ, ਇਸੇ ਤਰ੍ਹਾਂ ਹੀ ਤੁਸੀਂ ਵੀ 4-5 ਵਾਰੀ ਪਾਣੀ ਬਦਲ ਬਦਲ ਕੇ ਇਹਨਾਂ ਨੂੰ ਧੋ ਲਵੋ। ਅਤੇ ਤੁਸੀਂ ਇੱਥੇ ਵੇਖ ਸਕਦੇ ਹੋ ਕਿ ਪਾਣੀ ਕਾਫੀ ਮੈਲਾ ਹੋ ਗਿਆ ਹੈ ਨਾ। ਅਤੇ ਹੁਣ ਵੇਖੋ ਜੀ, ਇੱਥੇ ਮੈਂ ਇਹਨਾਂ ਨੂੰ 4-5 ਵਾਰੀ ਪਾਣੀ ਬਦਲ ਕੇ ਧੋ ਲਿਆ ਹੈ। ਪੋਹੇ ਜਿਹੜੇ ਨੇ ਨਾ ਇੱਕਦਮ ਸਾਫ਼ ਹੋ ਚੁੱਕੇ ਨੇ, ਅਤੇ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਨਾ ਹੁਣ ਇੱਕ ਛਾਨਣੀ 'ਚ ਪਾ ਕੇ ਅਤੇ ਪਾਣੀ ਹੋਰ ਪੋਹਿਆਂ ਨੂੰ ਵੱਖਰਾ ਵੱਖਰਾ ਕਰ ਲਵਾਂਗੇ। ਅਤੇ ਹੁਣ ਛਾਨਣੀ ਨੂੰ ਪਾਣੀ ਤੋਂ ਹਟਾ ਕੇ ਅਤੇ ਇੱਕ ਸਾਈਡ 'ਤੇ ਰੱਖ ਦੇਵਾਂਗੇ, ਔਰ ਇਹ ਧੋਤੇ ਹੋਏ ਚਿਵੜਿਆਂ ਨੂੰ ਇੱਦਾਂ ਹੀ ਛਾਨਣੀ 'ਚ 10 ਮਿੰਟ ਤੱਕ ਪਿਆ ਰਹਿਣ ਦੇਵਾਂਗੇ। ਪਾਣੀ ਜਿਹੜਾ ਹੈ ਨਾ ਉਹ ਨਿਚੜ ਜਾਏਗਾ, ਔਰ ਉਦੋਂ ਤੱਕ ਨਾ ਆਪਾਂ ਅਗਲੀ ਤਿਆਰੀ ਕਰ ਲੈਂਦੇ ਹਾਂ। ਮੈਂ ਇੱਥੇ ਲਏ ਨੇ 1.5 ਕੱਪ ਉਬਲੇ ਔਰ ਕੱਦੂਕਸ ਕੀਤੇ ਹੋਏ ਆਲੂ। ਇੱਥੇ ਮੈਂ ਆਲੂਆਂ ਨੂੰ ਉਬਾਲ ਕੇ ਠੰਡਾ ਕਰਕੇ ਛਿਲ ਕੇ ਅਤੇ ਫਿਰ ਕੱਦੂਕਸ ਕਰਕੇ ਅਤੇ 1 ਕੱਪ ਨਾਲ ਨਾਪ ਲਿਆ ਹੈ। ਇਹ 1.5 ਕੱਪ ਨੇ, ਅਤੇ ਨਾਲੇ ਆਲੂਆਂ ਨੂੰ ਨਾ ਸੌਫਟ ਹੋਣ ਤੱਕ ਉਬਾਲਣਾ ਹੈ, ਬਸ ਓਵਰ ਕੁੱਕ ਨਹੀਂ ਕਰਨਾ। ਅਤੇ ਇੱਥੇ ਮੈਂ ਇੱਕ ਪਾਊਡਰ ਜਿਹਾ ਲਿਆ ਹੈ, ਮੈਂ ਤੁਹਾਨੂੰ ਦੱਸਦੀ ਹਾਂ ਕਿ ਇਹਦੇ ਵਿੱਚ ਕੀ ਹੈ। 8-10 ਫੁੱਲ ਮਖਾਣੇ ਨੇ, ਅਤੇ 1 ਵੱਡਾ ਚਮਚ ਭਰ ਕੇ ਭੁੱਜੀ ਹੋਈ ਮੂੰਗਫਲੀ ਹੈ, ਅਤੇ 1 ਛੋਟਾ ਚਮਚ ਸੌਂਫ ਦਾ ਹੈ। ਅਤੇ ਮੈਂ ਇਹ ਸਾਰੀਆਂ ਚੀਜ਼ਾਂ ਨੂੰ ਨਾ ਸੁੱਕਾ ਭੁੰਨ ਕੇ ਜ਼ਿਆਦਾ ਕੁਆਂਟਿਟੀ ਵਿੱਚ ਲੈ ਕੇ ਥੋੜ੍ਹਾ ਜਿਹਾ ਦਰਦਰਾ ਪੀਸ ਕੇ ਰੱਖਿਆ ਹੋਇਆ ਹੈ, ਅਤੇ ਉਹਦੇ ਵਿੱਚੋਂ ਹੀ 2 ਵੱਡੇ ਚਮਚ ਲੈ ਕੇ ਮੈਂ ਇਹਦੇ ਵਿੱਚ ਪਾ ਦਿੱਤੇ ਨੇ। ਇਹ ਬਹੁਤ ਹੀ ਹੈਲਦੀ ਹੁੰਦਾ ਹੈ। ਅਤੇ ਨਾਲ ਹੀ ਮੈਂ ਇਹਦੇ ਵਿੱਚ ਪਾਉਣ ਲੱਗੀ ਹਾਂ 1 ਬਰੀਕ ਚੌਪ ਕੀਤਾ ਹੋਇਆ ਪਿਆਜ਼। ਅਤੇ ਜੇਕਰ ਚੌਪਰ 'ਚ ਚੌਪ ਨਹੀਂ ਕਰਨਾ ਹੈ ਨਾ, ਤਾਂ ਇਹਨੂੰ ਬਿਲਕੁਲ ਬਰੀਕ ਬਰੀਕ ਕੱਟਿਓ, ਮੋਟਾ ਜਿਹਾ ਨਹੀਂ ਕੱਟਣਾ। ਅਤੇ ਨਾਲ ਹੀ ਇੱਥੇ ਮੈਂ ਲਏ ਨੇ 1/4 ਕੱਪ ਮਟਰ ਦੇ ਦਾਣੇ। ਇਹਨਾਂ ਨੂੰ ਮੈਂ ਉਬਾਲ ਕੇ ਅਤੇ ਥੋੜ੍ਹਾ ਜਿਹਾ ਫੇਲਿਆ ਮਤਲਬ ਮੈਸ਼ ਕਰ ਲਿਆ। ਅਤੇ ਨਾਲ ਹੀ ਹੁਣ ਇਹਦੇ 'ਚ ਪਾਵਾਂਗੇ ਕੱਦੂਕਸ ਕੀਤਾ ਹੋਇਆ 1 ਛੋਟਾ ਚਮਚ ਅਦਰਕ ਦਾ, ਬਰੀਕ ਚੌਪ ਕੀਤੀਆਂ ਹੋਈਆਂ 2 ਹਰੀਆਂ ਮਿਰਚਾਂ, ਬਿਲਕੁਲ ਥੋੜ੍ਹੀ ਜਿਹੀ ਹਲਦੀ, ਅਤੇ 1/2 ਚਮਚ ਪੀਸੀਆਂ ਹੋਈਆਂ ਲਾਲ ਮਿਰਚਾਂ, ਅਤੇ ਚਮਚ ਦਾ 1/4 ਹਿੱਸਾ ਪੀਸਿਆ ਅਤੇ ਭੁੰਨਿਆ ਹੋਇਆ ਜੀਰਾ, ਅਤੇ ਚਮਚ ਦਾ 1/4 ਹਿੱਸਾ ਹੀ ਪੀਸੀਆਂ ਹੋਈਆਂ ਕਾਲੀਆਂ ਮਿਰਚਾਂ, 1/2 ਛੋਟਾ ਚਮਚ ਲੂਣ, ਅਤੇ 1/2 ਛੋਟਾ ਚਮਚ ਚਾਟ ਮਸਾਲਾ, ਜਾਂ ਫਿਰ ਆਮਚੂਰ ਪਾਊਡਰ ਵੀ ਪਾ ਸਕਦੇ ਹੋ, ਹੋਰ 1 ਛੋਟਾ ਚਮਚ ਭਰ ਕੇ ਰੈੱਡ ਚਿਲੀ ਫਲੇਕਸ ਵੀ ਪਾ ਦੇਵਾਂਗੇ। ਅਤੇ ਇੱਧਰ ਨਾ ਆਪਣੇ ਪੋਹੇ ਵੀ ਪਏ ਸੈੱਟ ਹੋ ਗਏ ਨੇ, ਪਾਣੀ ਨਿਚੜ ਗਿਆ, ਅਤੇ ਇਹ ਬਹੁਤੇ ਗਿੱਲੇ ਜਿਹੇ ਨਹੀਂ ਰਹੇ ਅਤੇ ਨਾ ਹੀ ਬਹੁਤੇ ਸੁੱਕੇ ਜਿਹੇ ਨੇ, ਅਤੇ ਇੱਦਾਂ ਦੇ ਹੀ ਸਾਨੂੰ ਚਾਹੀਦੇ ਨੇ। ਹੱਥ 'ਚ ਲੈ ਕੇ ਜਦੋਂ ਇਹਨਾਂ ਨੂੰ ਪ੍ਰੈਸ ਕਰੀਏ ਨਾ, ਅਤੇ ਇਹ ਜੁੜ ਜਾਣੇ ਚਾਹੀਦੇ ਨੇ, ਵੇਖੋ ਜੁੜਦੇ ਪਏ ਨੇ ਨਾ, ਇਹ ਨਾ ਤਾਂ ਬਹੁਤੇ ਗਿੱਲੇ ਨੇ ਅਤੇ ਨਾ ਹੀ ਸੁੱਕੇ ਨੇ, ਇੱਕਦਮ ਪਰਫੈਕਟ ਨੇ। ਅਤੇ ਇਸ ਟਾਈਮ 'ਤੇ ਜੇਕਰ ਤੁਹਾਨੂੰ ਲੱਗੇ ਕਿ ਚਿਰਵੜੇ ਜ਼ਿਆਦਾ ਸੁੱਕ ਗਏ ਨੇ, ਅਤੇ ਇਹਨਾਂ ਉੱਤੇ ਥੋੜ੍ਹਾ ਜਿਹਾ ਪਾਣੀ ਦਾ ਛਿੱਟਾ ਦੇ ਦਿਓ। ਅਤੇ ਹੁਣ ਇਹਨਾਂ ਨੂੰ ਵੀ ਆਲੂ ਹੋਰ ਮਸਾਲਿਆਂ ਦੇ ਨਾਲ ਹੀ ਪਾ ਦੇਵਾਂਗੇ, ਅਤੇ ਪੋਹੇ ਔਰ ਆਲੂਆਂ ਨੂੰ ਮਿਕਸ ਕਰਕੇ ਅੱਜ ਜਿਹੜੀ ਮੈਂ ਰੈਸਿਪੀ ਬਣਾ ਰਹੀ ਹਾਂ ਨਾ, ਇਹਨੂੰ ਭਾਵੇਂ ਪੋਹੇ ਦਾ ਨਾਸ਼ਤਾ ਕਹਿ ਲਵੋ, ਭਾਵੇਂ ਪੋਹੇ ਦੇ ਕਟਲੇਟਸ, ਅਤੇ ਭਾਵੇਂ ਪੋਹੇ ਆਲੂ ਦੀ ਟਿੱਕੀ ਕਹਿ ਲਵੋ, ਇਹ ਬਣਦਾ ਬਹੁਤ ਹੀ ਸਵਾਦ ਹੈ। ਅਤੇ ਹੁਣ ਇਹਦੇ ਵਿੱਚ ਕੱਟਿਆ ਹੋਇਆ ਹਰਾ ਧਨੀਆ ਵੀ ਪਾ ਦੇਵਾਂਗੇ, ਅਤੇ ਫਿਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਨਾ ਚੰਗੀ ਤਰ੍ਹਾਂ ਮਿਕਸ ਕਰ ਲੈਣਾ, ਥੋੜ੍ਹਾ ਜ਼ੋਰ ਲਾ ਕੇ ਹੱਥ ਨੂੰ ਘੁੱਟ ਕੇ, ਅਤੇ ਫਿਰ ਮਿਕਸ ਕਰਨਾ ਹੈ, ਪੋਲਾ ਪੋਲਾ ਜਿਹਾ ਮਿਕਸ ਨਹੀਂ ਕਰਨਾ, ਅਤੇ ਪੋਲਾ ਪੋਲਾ ਜਿਹਾ ਚੰਗੀ ਤਰ੍ਹਾਂ ਮਿਕਸ ਹੋਣਾ ਵੀ ਨਹੀਂ ਹੈ, ਥੋੜ੍ਹਾ ਜਿਹਾ ਜ਼ੋਰ ਲਗਾ ਕੇ ਹੀ ਮਿਕਸ ਕਰਨਾ ਇਹਨੂੰ, ਅਤੇ ਇਹਨਾਂ ਕੋ ਮਿਕਸ ਕਰਨਾ ਹੈ ਕਿ ਇਹ ਮਿਕਸਚਰ ਜਿਹੜਾ ਹੈ ਨਾ ਜੁੜਨ ਲੱਗ ਪਵੇ, ਅਤੇ ਇਸ ਸਟੇਜ 'ਤੇ ਨਾ ਥੋੜ੍ਹਾ ਜਿਹਾ ਮਿਕਸਚਰ ਲੈ ਕੇ ਟੇਸਟ ਕਰ ਲਵੋ, ਜੇਕਰ ਲੂਣ ਮਿਰਚ ਮਸਾਲੇ ਕੁਛ ਘੱਟ ਲੱਗਦੇ ਪਏ ਨਾ ਤਾਂ ਪਾ ਸਕਦੇ ਹੋ, ਕਿਉਂਕਿ ਇਹ ਸਨੈਕਸ ਜਿਹੜਾ ਹੈ ਨਾ ਚਟਪਟਾ ਹੀ ਸਵਾਦ ਲੱਗਦਾ ਹੈ। ਅਤੇ ਹੁਣ ਕੀ ਕਰਾਂਗੇ, ਹੱਥ 'ਤੇ ਥੋੜ੍ਹਾ ਜਿਹਾ ਪਾਣੀ ਜਾਂ ਤੇਲ ਲਗਾ ਲਵਾਂਗੇ। ਕਈ ਵਾਰੀ ਕੀ ਹੁੰਦਾ ਹੈ ਕਿ ਆਲੂ ਨੇ ਨਾ ਜਿਹੜੇ ਉਹ ਜ਼ਿਆਦਾ ਗਿੱਲੇ ਜਿਹੇ ਚਿਪਚਿਪੇ ਜਿਹੇ ਹੁੰਦੇ ਨੇ, ਤਾਂ ਉਸ ਕੰਡੀਸ਼ਨ 'ਚ ਹੱਥ ਨੂੰ ਤੇਲ ਲਾ ਲਵੋ, ਜਿਹੜਾ ਮਿਕਸਚਰ ਹੈ ਉਹ ਹੱਥ ਨੂੰ ਚਿਪਕੇਗਾ ਨਹੀਂ। ਅਤੇ ਜੇਕਰ ਮਿਕਸਚਰ ਨਰਮ ਨਹੀਂ ਹੈ ਨਾ, ਤਾਂ ਹੱਥਾਂ ਨੂੰ ਪਾਣੀ ਲਾ ਲਵੋ, ਸ਼ੇਪ ਬਹੁਤ ਹੀ ਵਧੀਆ ਬਣੇਗੀ।
ਅਤੇ ਇੱਥੇ ਹੁਣ ਮੈਂ ਥੋੜ੍ਹਾ ਜਿਹਾ ਪੋਹੇ ਔਰ ਆਲੂ ਵਾਲਾ ਮਿਕਸਚਰ ਲੈ ਕੇ ਹੱਥ ਨਾਲ ਘੁੱਟਦੇ ਹੋਏ ਗੋਲ ਸ਼ੇਪ ਦੇ ਦਿੱਤੀ ਹੈ ਅਤੇ ਫਿਰ ਦੋਨਾਂ ਹੱਥਾਂ ਨਾਲ ਨਾ ਹਲਕਾ ਜਿਹਾ ਪ੍ਰੈਸ ਕਰ ਦੇਣਾ, ਇਸ ਤਰ੍ਹਾਂ ਦਾ ਚਪਟਾ ਕਰਕੇ ਟਿੱਕੀ ਦੀ ਸ਼ੇਪ ਦੇ ਦੇਣੀ ਹੈ ਅਤੇ ਹੱਥਾਂ ਨਾਲ ਹੀ ਨਾ ਕਿਨਾਰਿਆਂ ਤੋਂ ਚੰਗੀ ਤਰ੍ਹਾਂ ਪਲੇਨ ਵੀ ਕਰ ਲੈਣਾ ਤਾਂ ਕਿ ਸਾਰੇ ਪਾਸਿਓਂ ਟਿੱਕੀ ਜਿਹੜੀ ਹੈ ਨਾ ਇੱਕੋ ਜਿਹੀ ਹੋ ਜਾਏ ਅਤੇ ਇਸ ਕਰਕੇ ਹੀ ਮੈਂ ਇਹਦੇ ਵਿੱਚ ਮਟਰ ਜਿਹੜੇ ਨੇ ਨਾ ਥੋੜ੍ਹੇ ਥੋੜ੍ਹੇ ਫੇਹ ਕੇ ਪਾਏ ਨੇ ਤਾਂ ਕਿ ਟਿੱਕੀ ਜਿਹੜੀ ਹੈ ਆਸਾਨੀ ਨਾਲ ਬਣੇ, ਨਹੀਂ ਤਾਂ ਕੀ ਹੋਏਗਾ ਕਿ ਸਾਬੁਤ ਮਟਰ ਬਾਹਰ ਨਿਕਲਦੇ ਜਾਂਦੇ ਨੇ ਅਤੇ ਟਿੱਕੀ ਦੀ ਸ਼ੇਪ ਹੈ ਥੋੜ੍ਹੀ ਵਿਗੜ ਜਾਂਦੀ ਹੈ ਅਤੇ ਮੈਂ ਨਾ ਇੱਥੇ ਗੋਲ ਗੋਲ ਸ਼ੇਪ ਦੇ ਰਹੀ ਹਾਂ ਟਿੱਕੀ ਦੀ ਤਰ੍ਹਾਂ ਅਤੇ ਤੁਸੀਂ ਆਪਣੀ ਮਨਪਸੰਦ ਕੋਈ ਵੀ ਸ਼ੇਪ ਦੇ ਸਕਦੇ ਹੋ, ਜਿਵੇਂ ਕਿ ਚੌਰਸ, ਲੰਬੀ ਜਾਂ ਜਿਵੇਂ ਕਿ ਕਟਲੇਟਸ ਦੀ ਸ਼ੇਪ ਹੁੰਦੀ ਹੈ ਨਾ ਉਵੇਂ ਵੀ ਬਣਾ ਸਕਦੇ ਹੋ ਅਤੇ ਇਹ ਲਓ ਜੀ ਇੱਥੇ ਮੈਂ ਸਾਰੇ ਆਲੂ ਔਰ ਪੋਹੇ ਦੇ ਮਿਕਸਚਰ ਨੂੰ ਗੋਲ ਟਿੱਕੀਆਂ ਵਰਗੀ ਸ਼ੇਪ ਦੇ ਕੇ ਤਿਆਰ ਕਰ ਲਿਆ। ਇਹਨਾਂ ਨੂੰ ਆਪਾਂ ਫਰਾਈ ਵੀ ਕਰ ਸਕਦੇ ਹਾਂ ਅਤੇ ਸ਼ੈਲੋ ਫਰਾਈ ਵੀ ਕਰ ਸਕਦੇ ਹਾਂ, ਜਿਹਦੇ ਵਾਸਤੇ ਮੈਂ ਇੱਥੇ ਇੱਕ ਚਪਟਾ ਯਾਨੀ ਕਿ ਚੌੜਾ ਜਿਹਾ ਫਰਾਈ ਪੈਨ ਲੈ ਕੇ ਉਹਦੇ ਵਿੱਚ ਅੱਧਾ ਪੌਣਾ ਇੰਚ ਤੱਕ ਤੇਲ ਪਾ ਕੇ ਅਤੇ ਤੇਲ ਨੂੰ ਮੀਡੀਅਮ ਗਰਮ ਕਰ ਲਿਆ ਹੈ ਅਤੇ ਜੇਕਰ ਤੁਸੀਂ ਸ਼ੈਲੋ ਫਰਾਈ ਕਰਨੀਆਂ ਨੇ ਨਾ ਤਾਂ ਭਾਵੇਂ ਤੇਲ ਜਿਹੜਾ ਥੋੜ੍ਹਾ ਜਿਹਾ ਹੋਰ ਘੱਟ ਪਾ ਲਵੋ ਅਤੇ ਇਸ ਮੀਡੀਅਮ ਗਰਮ ਤੇਲ ਵਿੱਚ ਹੁਣ ਇਹ ਟਿੱਕੀਆਂ ਰੱਖਦੇ ਜਾਵਾਂਗੇ। ਫਰਾਈ ਪੈਨ ਦੇ ਹਿਸਾਬ ਨਾਲ ਜਿੰਨੀਆਂ ਕੁ ਟਿੱਕੀਆਂ ਇੱਕ ਵਾਰ 'ਚ ਆਉਂਦੀਆਂ ਨੇ ਨਾ ਉਨੀਆਂ ਕੁ ਪਾ ਲਵੋ ਅਤੇ ਬਾਕੀ ਦੀਆਂ ਦੋ ਜਾਂ ਤਿੰਨ ਪਰਾਗਿਆਂ 'ਚ ਪਾ ਕੇ ਫਰਾਈ ਕਰ ਲਵਾਂਗੇ ਅਤੇ ਨਾਲੇ ਜਦੋਂ ਟਿੱਕੀਆਂ ਆਪਾਂ ਤੇਲ 'ਚ ਪਾਉਣੀਆਂ ਨੇ ਨਾ ਉਦੋਂ ਤੇਲ ਮੀਡੀਅਮ ਗਰਮ ਹੀ ਹੋਣਾ ਚਾਹੀਦਾ ਹੈ। ਬਹੁਤਾ ਤੇਜ਼ ਗਰਮ ਹੋਏਗਾ ਨਾ ਤਾਂ ਟਿੱਕੀਆਂ ਉੱਤੋਂ ਤਾਂ ਲਾਲ ਹੋ ਜਾਣਗੀਆਂ ਪਰ ਅੰਦਰੋਂ ਕੱਚੀਆਂ ਜਿਹੀਆਂ ਰਹਿ ਜਾਣਗੀਆਂ ਅਤੇ ਇਸ ਕਰਕੇ ਹੀ ਨਾ ਆਪਾਂ ਇਹਨਾਂ ਨੂੰ ਮੀਡੀਅਮ ਟੂ ਲੋ ਫਲੇਮ 'ਤੇ ਹੀ ਫਰਾਈ ਕਰਨਾ ਹੈ, ਵਧੀਆ ਕ੍ਰਿਸਪੀ ਅਤੇ ਕੁਰਕੁਰੀਆਂ ਬਣਨਗੀਆਂ। ਔਰ ਹਾਂ, ਤੇਲ 'ਚ ਪਾਉਣ ਤੋਂ ਬਾਅਦ ਇੱਕਦਮ ਹੀ ਇਹਨਾਂ ਨੂੰ ਪਲਟਣਾ ਨਹੀਂ ਹੈ, ਜਦੋਂ ਇੱਕ ਸਾਈਡ ਤੋਂ ਥੋੜ੍ਹੀਆਂ ਜਿਹੀਆਂ ਸਿੱਕ ਜਾਣ ਜਾਂ ਤੇਲ 'ਚ ਥੋੜ੍ਹੀਆਂ ਜਿਹੀਆਂ ਸੈੱਟ ਹੋ ਜਾਣ ਉਸ ਤੋਂ ਬਾਅਦ ਹੀ ਇਹਨਾਂ ਨਾਲ ਛੇੜਛਾੜ ਕਰਨੀ ਹੈ ਯਾਨੀ ਕਿ ਇਹਨਾਂ ਨੂੰ ਪਲਟਣਾ ਹੈ। ਜੇਕਰ ਇੱਕਦਮ ਪਲਟਾਂਗੇ ਨਾ ਤਾਂ ਇਹ ਟੁੱਟ ਜਾਣਗੀਆਂ ਅਤੇ ਬਹੁਤ ਹੀ ਧਿਆਨ ਨਾਲ ਪਲਟਣਾ ਹੈ ਕਿ ਜਿਹੜਾ ਤੇਲ ਹੈ ਉਹ ਤੁਹਾਡੇ ਹੱਥਾਂ 'ਤੇ ਨਾ ਪਵੇ ਅਤੇ ਸਾਈਡ ਚੇਂਜ ਕਰਨ ਤੋਂ ਬਾਅਦ ਕੁਝ ਸੈਕਿੰਡਸ ਬਾਅਦ ਇਹਨਾਂ ਨੂੰ ਨਾ ਇਸ ਤਰ੍ਹਾਂ ਚਲਾਉਣਾ ਜ਼ਰੂਰ ਹੈ, ਫਿਰ ਨਾ ਸਾਰੇ ਪਾਸੇ ਇੱਕੋ ਜਿਹੀ ਰੰਗਤ ਆਏਗੀ ਟਿੱਕੀਆਂ ਉੱਤੇ ਅਤੇ ਜਦੋਂ ਤੁਹਾਨੂੰ ਲੱਗੇ ਕਿ ਸੇਕ ਘੱਟਦਾ ਪਿਆ ਹੈ ਤਾਂ ਉਦੋਂ ਫਲੇਮ ਨੂੰ ਮੀਡੀਅਮ ਕਰ ਲਵੋ ਪਰ ਫੁੱਲ ਨਹੀਂ ਕਰਨਾ ਹੈ ਅਤੇ ਬਸ ਇਸੇ ਤਰ੍ਹਾਂ ਹੀ ਗੈਸ ਦੀ ਫਲੇਮ ਨੂੰ ਮੀਡੀਅਮ ਅਤੇ ਕਦੀ ਮੀਡੀਅਮ ਟੂ ਲੋ ਫਲੇਮ 'ਤੇ ਟਿੱਕੀਆਂ ਦੀ ਸਾਈਡ ਬਦਲ ਬਦਲ ਕੇ ਇਹਨਾਂ ਨੂੰ ਇੱਕਦਮ ਕੁਰਕੁਰੀਆਂ ਹੋਣ ਤੱਕ ਵਧੀਆ ਜਿਹੇ ਗੋਲਡਨ ਬਰਾਊਨ ਕਲਰ ਆਉਣ ਤੱਕ ਆਪਾਂ ਤਲ ਲੈਣਾ ਹੈ ਯਾਨੀ ਕਿ ਫਰਾਈ ਕਰ ਲੈਣਾ ਅਤੇ ਜਦੋਂ ਇਹ ਇੱਕਦਮ ਕ੍ਰਿਸਪੀ ਯਾਨੀ ਕਿ ਕੁਰਕੁਰੀਆਂ ਹੋ ਕੇ ਸੋਹਣੇ ਜਿਹੇ ਵਧੀਆ ਜਿਹੇ ਸੁਨਹਿਰੀ ਜਿਹੇ ਕਲਰ 'ਚ ਆ ਜਾਣ ਤਾਂ ਤੇਲ 'ਚੋਂ ਕੱਢ ਕੇ ਪਲੇਟ 'ਚ ਰੱਖ ਲਵਾਂਗੇ ਅਤੇ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਟਿੱਕੀਆਂ ਬਹੁਤ ਹੀ ਵਧੀਆ ਬਣੀਆਂ ਨੇ, ਇਹਨਾਂ ਦੀ ਰੰਗਤ ਬਹੁਤ ਹੀ ਵਧੀਆ ਆਈ ਹੈ ਅਤੇ ਜੇਕਰ ਤੁਸੀਂ ਵੀ ਇਹਨਾਂ ਨੂੰ ਬੜੇ ਹੀ ਧੀਰਜ ਨਾਲ ਮੀਡੀਅਮ ਟੂ ਲੋ ਫਲੇਮ 'ਤੇ ਫਰਾਈ ਕਰਦੇ ਹੋ ਤਾਂ ਤੁਹਾਡੀਆਂ ਟਿੱਕੀਆਂ ਵੀ ਇੱਦਾਂ ਦੀਆਂ ਹੀ ਇੱਕਦਮ ਕਰਾਰੀਆਂ ਕਰਾਰੀਆਂ ਬਣਨਗੀਆਂ। ਆਪਾਂ ਪੋਹਾ ਤਾਂ ਕਈ ਵਾਰੀ ਬਣਾ ਕੇ ਖਾਂਦੇ ਹਾਂ ਹੈ ਨਾ, ਪਰ ਇਸ ਵਾਰੀ ਤੁਸੀਂ ਪੋਹੇ ਅਤੇ ਆਲੂਆਂ ਦਾ ਇਸ ਤਰ੍ਹਾਂ ਦਾ ਵਧੀਆ ਜਿਹਾ ਨਾਸ਼ਤਾ ਬਣਾ ਕੇ ਖਾਓ, ਤੁਹਾਨੂੰ ਬਹੁਤ ਹੀ ਪਸੰਦ ਆਏਗਾ ਔਰ ਇਹਨਾਂ ਨੂੰ ਬਣਨ 'ਚ ਨਾ ਕੋਈ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ। ਬਣਾ ਕੇ ਬੱਚਿਆਂ ਦੇ ਟਿਫਿਨ 'ਚ ਪਾਓ, ਘਰ ਵਿੱਚ ਕੋਈ ਪ੍ਰਾਹੁਣੇ ਆ ਜਾਣ ਅਤੇ ਫਟਾਫਟ ਇੱਦਾਂ ਦਾ ਨਾਸ਼ਤਾ ਬਣਾ ਕੇ ਖਵਾਓ। ਅਤੇ ਇਸ ਤਰ੍ਹਾਂ ਹੀ ਮੈਂ ਦੂਸਰਾ ਪਰਾਗਾ ਵੀ ਫਰਾਈ ਕਰਕੇ ਰੱਖ ਲਿਆ ਹੈ ਅਤੇ ਇਹ ਲਓ ਜੀ ਪੋਹੇ ਔਰ ਆਲੂ ਦੀਆਂ ਬਹੁਤ ਹੀ ਵਧੀਆ ਟਿੱਕੀਆਂ ਜਾਂ ਕਟਲੇਟਸ ਬਣ ਕੇ ਤਿਆਰ ਨੇ। ਉੱਪਰੋਂ ਇੱਕਦਮ ਕਰਾਰੀਆਂ ਅਤੇ ਅੰਦਰੋਂ ਨਰਮ ਨਰਮ ਟਿੱਕੀਆਂ ਨੂੰ ਸੌਸ ਜਾਂ ਆਪਣੀ ਮਨਪਸੰਦ ਚਟਨੀ ਨਾਲ ਖਾਓ ਜੀ, ਇਹ ਬਹੁਤ ਸਵਾਦ ਲੱਗਦੀਆਂ ਨੇ ਅਤੇ ਇਹਨਾਂ ਨੂੰ ਭਾਵੇਂ ਸ਼ਾਮ ਦੀ ਗਰਮ ਗਰਮ ਚਾਹ ਨਾਲ ਇੰਜੋਏ ਕਰੋ, ਤੁਹਾਨੂੰ ਬਹੁਤ ਹੀ ਪਸੰਦ ਆਉਣਗੀਆਂ।